वेलकम बैक टू माय चैनल। लै गए एक होर नवी वीडियो। तो गुरुद्वारा रीठा साहब के पिछे इधर झूले वाला पुल बनया वा, तो बड़ी संगत जान डी इधर झूले वाला पुल वेखण। तो आप भी चलते हैं झूले वाला पुल वेख के आने। बहुत ही पुराना पुल बनया वा अंग्रेजा के टाइम का। तो लैके चलते हैं तुम उत्थे वेख के आने झूले वाला पुल। भीड़ बहुत है इस टाइम, बहुत ज़्यादा भीड़ है उत्थे। पक्का रोड बनया उत्थे तक, पुल तक जाने वास्ते सीधा सामने उत्थे तक। किन्नी संगत बैठी है पैली विच, इधर भी पहाड़ आ। यार मैं टेक ना जावा थले। वेखी वीर फुट जिन्हें तू बेची वड़ गया। बड़ी भीड़ है इतने, तारा तूर कसा देनी चंगी तरह। मी फिर आ गया। चोल मारता पूरी को।
ਉਹ ਵੀਰ ਕਿਸ ਤਰ੍ਹਾਂ ਪਿੰਡ ਹੈ ਉਹਨੂੰ ਤਰੇ ਰਹਿਣ ਦੇ ਪੀੜ ਦੇ ਬਣ ਗਿਆ ਹੁਣ ਘਰ ਚਲ ਆ ਚੀਸਾ ਪਾਣੀ ਝੂਲੇ ਵਾਲਾ ਪੁਲ ਇੱਦਾਂ ਦਾ ਪੁਲ ਨੇਪਾਲ ਦੇ ਵਿੱਚ ਵੇਖਿਆ ਸੀ ਜਿੱਥੇ ਸਪੋਰਟਾਂ ਨਹੀਂ ਹੈਗੀਆਂ ਤਾਰਾਂ 'ਤੇ ਰੁਕਿਆ ਇਹਦੇ ਸਾਹਮਣੇ ਗੁਰਦੁਆਰਾ ਸਾਹਿਬ ਰੇਠਾ ਸਾਹਿਬ ਵੈਸੇ ਕਰਕੇ ਬਣਾਓ ਨਾ ਬਾਈ ਸਾਰੀ ਉਦਾਂ ਹੀ ਵੈਸੇ ਕਰਕੇ ਬਣਾਓ ਨਾ ਅੱਛਾ ਅੱਛਾ ਤੇ ਬੜੀ ਬੈਠੀ ਸੰਗਤ ਤੇ ਐਡੀ ਜਿਹੜੀ ਭੱਜਿਆ ਵੀ ਨੀ ਜਾਣਾ ਇਹ ਉਹ ਚੜ੍ਹਨ ਦਿਆ ਵੇ ਔਖਾ ਹੋ ਕੇ ਚੜ੍ਹਨ ਦਿਆ ਵੇ ਬਣਿਆ ਵੀ ਉਹ ਪੁਰਾਣਾ ਹੀ ਆ ਇੱਥੇ ਬੜੀ ਭੀੜ ਲੱਗੀ ਲੱਗਦਾ ਟਿਕਟ ਲੱਗਣ ਡਿਆ ਵੀ ਅੱਗੇ ਲੱਗੇ ਕੁਛ ਨਹੀਂ ਨਹੀਂ ਚੱਲਣ ਡੀ ਆ ਬਾਪੂ ਚੱਲੇ ਵੇਖਣ ਰੁਕ ਜੀ ਲਟਕ ਜਾ ਲਟਕ ਜਾ ਪੌੜੀਆਂ ਵੀ ਲੱਗੀ ਸਟਾਈਲ ਦੀਆਂ ਬਣਾਈਆਂ ਕਿੱਥੇ ਆ ਇੱਥੇ ਵੀ ਇਹਨੇ ਦੁਕਾਨ ਲਗਾਈ ਮੈਗੀ ਮੁਗੀ ਬਣਾਉਣ ਡਿਆ ਮੈਂ ਲੱਗਦਾ ਕਿੰਨੀ ਸੰਗਤ ਬੈਠੀ ਆ ਪੈਲੀ ਜਾਣ ਕੇ ਦੁਕਾਨ
ਟਰਾਲੀ ਕਿਹੜੇ ਹਿਸਾਬ ਨਾਲ ਟੰਗੀ ਆ ਇੱਥੇ ਪੰਜਾਬੀ ਵੀਰ ਕਿੱਥੋਂ ਰੱਖ ਲਓ ਉੱਤੇ ਜਾ ਕੇ ਥੋੜ੍ਹੀ ਦੇਰ ਪਹਿਲਾਂ ਹੀ ਬਾਰਿਸ਼ ਹੋ ਗਈ ਉਹਦੇ ਕਰਕੇ ਮੌਸਮ ਬਹੁਤ ਠੰਡਾ ਹੋ ਗਿਆ ਅਤੇ ਬੱਦਲ ਵੀ ਕਾਫੀ ਆ ਗਏ ਇੱਥੇ ਕਿਉਂਕਿ ਪਹਾੜਾਂ ਦੇ ਵਿੱਚ ਧੂੰਆਂ ਜਿਹਾ ਮਾੜਾ ਜਿਹਾ ਹੀ ਹੁੰਦਾ ਅਤੇ ਤੁਰੰਤ ਹੀ ਬਾਰਿਸ਼ ਹੋਣ ਲੱਗ ਪੈਂਦੀ ਆ ਸਾਹਮਣੇ ਰੋਡ ਹੈ ਜਾਂਦੀਆਂ ਆਉਂਦੇ ਮੋਟਰਸਾਈਕਲ ਬਹੁਤ ਹੀ ਪੁਰਾਣਾ ਪੁਲ ਆ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਅਤੇ ਇੱਦਾਂ ਦਾ ਹੀ ਪੁਲ ਤੁਹਾਨੂੰ ਨੇਪਾਲ ਦੇ ਵਿੱਚ ਵਿਖਾਇਆ ਸੀ ਜਿਹਦੇ ਕੋਈ ਸਪੋਰਟ ਨਹੀਂ ਹੈਗੀ ਉਹ ਵੀ ਇੱਦਾਂ ਦਾ ਹੀ ਤਾਰਾਂ ਵਾਲਾ ਪੁਲ ਸੀ ਪਰ ਇਹ ਝੂਲੇ ਵਾਲਾ ਵਾ ਇਹਦੇ ਵਿੱਚ ਲਾਸਟ ਦੇ ਵਿੱਚ ਦੋ ਸਪੋਰਟਾਂ ਦਿੱਤੀਆਂ ਵਾ ਪਰ ਉਹਦੇ ਵਿੱਚ ਲਾਸਟ 'ਤੇ ਇੱਕ ਹੀ ਸਪੋਰਟ ਸੀ ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਮਿਲਦੇ ਹਾਂ ਜਲਦੀ ਨਵੇਂ ਵਲੌਗ ਤਦ ਤੱਕ ਸਾਰਿਆਂ ਦਾ ਰੱਬ ਰੱਖਾ ਦੇਖੋ ਕਿੰਨੀ ਸੰਗਤ ਆ ਉੱਤੇ ਪੁਲ 'ਤੇ ਪੁਲ ਵੇਖਣ ਆਉਂਦੇ ਲੋਕ ਇੱਥੇ ਝੂਲੇ ਵਾਲਾ